स्वागत है किसान वीरों तुहाडा अपने यूट्यूब चैनल ढिलो डेयरी फार्म बरनाला दे विच। सो जिहड़े किसान वीर अपने इस चैनल ते वीडियो पहली बार देख रहे हैं उन्होंने रिक्वेस्ट आ कि अपने यूट्यूब चैनल जो सबसक्राइब कर लियो। सो किसी भी वीर ने इदा दी ऐड करवानी होवे तां अपना नंबर आ 8427-19817। सो अज दी वीडियो विच दो गब्बण बहना बड़ियां ते इक झोटी ताजी सूई भी डिटेल वीर तों पुछदे आ। आओ अगे करिए गलबात। सत श्री अकाल भाई। सत श्री अकाल जी। हाँ जी वीरे, नाम एड्रैस दस्सो अपना। ठीक है, ते मोबाइल नंबर भरा अपना 98-150-49-100 पूरा। ठीक है, अपना ज्यादा कम बैठा दा। हां जी, ज्यादा बैठा दा। तां भी डल्ली मज भी आ जांदी है। बच्चा भी आ जांदे, मज चंगी आउंदी है। ठीक है, ते बैठा आ जांदी है बड़ियां बैठा। ठीक है, ਤੇ ਪਹਿਲੇ ਨੰਬਰ ਤੇ ਆਪਾਂ ਗੱਲ ਮੱਝ ਤੇ ਸ਼ੁਰੂ ਕਰ ਲਈਏ। ਕਿਹੜਾ ਸੂਆ ਸੂਈ ਆ, ਕੈਕ ਦਿਨ ਸੂਈ ਲੋਗੇ ਦੁੱਧ ਕਿੰਨਾ? ਇਹਨੂੰ ਹੋ ਗਏ ਜੇ 10 ਦਿਨ ਸੂਈ ਤੋਂ 12 ਲੀਟਰ ਦੁੱਧ ਆ ਗਿਆ। ਆ ਬੱਚਾ ਹਨਾ ਕੱਟਾ ਮਗਰੇ। ਠੀਕ ਆ, ਮਗਰੇ ਦੇ ਕੱਟਾ 12ਵਾਂ ਦਿਨ ਹੋ ਗਿਆ ਸੂਈ ਨੂੰ। ਸੂਆ ਤੀਜਾ ਸੂਆ ਸੂਈ ਆ, ਦੁੱਧ ਕਿੰਨਾ? ਦੁੱਧ ਇਸ ਟਾਈਮ 12 ਲੀਟਰ ਹੈ। ਨਿਬੜ ਜੂ ਜਾਵਾਂ? ਹਾਂਜੀ ਹਾਂ, ਪੂਰਾ ਮਿਲ ਕੇ ਲੈ ਕੇ ਜਾਵਾਂ। ਧੋਰੀ ਬਾਹਰ ਨੂੰ ਕਰਾਂ। ਸੋ ਵੀਰੋ, ਮੂੰਹ ਮੱਥਾ ਫੇਸ ਕੁਆਲਿਟੀ ਵਗੈਰਾ ਦੇਖੋ। ਤੀਜਾ ਸੂਆ ਵੱਡੇ ਕੱਦ ਕਾਠ ਵਾਲੀ ਆ, ਤੇ ਮਗਰੋਂ ਦੇਖੋ ਚੌੜੀ ਚੌੜੀ ਚਾਪੜ ਵਰਗੀ ਪਈ ਆ। ਤੇ ਵੀਡੀਓ ਕਵਰ ਕਰਨ ਦਾ ਟਾਈਮ 2:30 ਲਗਭਗ ਇੱਥੇ ਕਿਤੇ ਜੇ ਹੋਊਗਾ। ਤੇ ਦੇਖੋ ਬੱਚੇ ਨੂੰ ਦੌੜਦੀ ਆ ਤਾਜ਼ੀ ਸੂਈ ਵੇ, ਕਿਉਂਕਿ 12-13 ਦਿਨਾਂ ਦੀ ਹਜੇ। ਤੇ ਵੱਡੇ ਸਾਈਜ਼ ਦੇ ਵਿੱਚ ਆ, ਕੱਦ ਘੱਟ ਪੂਰਾ 12 ਲੀਟਰ ਦੁੱਧ ਜਮ੍ਹਾਂ ਮਿਲਣ ਵਾਲਾ। ਮਗਰੋਂ ਦੇਖੋ ਚੌੜੀ ਦੇਖੋ ਕਿੰਨੀ ਆ, ਤੇ ਰੇਲ ਦੇ ਡੱਬੇ ਜਿਹੜੀ ਪਈ ਆ ਜਮ੍ਹਾਂ, ਤੇ ਥਾਲੇ ਵਾ ਦੇਖੋ। ਤੇ ਵੀਰੇ ਚਵਾਈ ਹੈਗੀ ਆ 1 ਨੰਬਰ ਦੀ ਜਮ੍ਹਾਂ? ਪੂਰੀ ਵਧੀਆ 1 ਨੰਬਰ ਦੀ ਚਵਾਈ। ਕੋਈ ਆ ਗਿਆ ਫਿਲ ਤਾਂ ਨਹੀਂ ਕਰਦਾ ਸਾਨੂੰ? ਨਾ ਨਾ ਨਾ, ਕੋਈ ਨਹੀਂ ਕਰ ਸਕਦਾ। ਕਿੰਨਾ ਕੁ ਵਾਧੂ ਹੋਰ ਦੁੱਧ ਦੀ ਸੇਵਾ ਦਾ ਹਾਲੇ ਕੜਕੋ ਨਹੀਂ ਚੱਲਿਆ, ਕੋਈ ਕਾੜਾ ਨਹੀਂ ਦਿੱਤਾ। 14 ਕ ਦੇ ਦੂ? ਨਾ ਨਾ ਦੇ ਦੂ ਯਾਰ, ਵੱਡੀ ਬਹੁਤ ਨਾ ਫੜੀ ਨਾਲੀ। ਮੜੇ ਨਾਲ ਖੜੀ ਇਹਦੇ। ਸੋ ਵੱਡੀ ਮੈਂ ਆ, ਤੇ ਮੁੱਲ ਕਿੰਨਾ ਇਹਦਾ? ਮੁੱਲ ਫੋਨ ਤੇ ਕਰਾਂਗੇ ਸਾਰੀਆਂ। ਬਾਲਾ ਤਾਂ ਨਹੀਂ 2.5 ਲੱਖ ਵਾਲੀ ਗੱਲ ਕਿਤੇ? ਨਹੀਂ ਨਹੀਂ, ਇਦਾਂ ਛੋਟੋ। ਠੀਕ ਹੈ, ਤੇ ਖਰ ਮੈਂ ਚੰਗੀਆਂ ਦਿਖਾ ਦੇ ਥੱਲੋ ਥਣ ਲੈ ਵਾ ਹਨਾ। ਸੇ ਥੱਲੋ ਦੇਖੋ ਪਤਲੀ ਪੂਰੀ ਕੁੰਬਲੇ ਦੀ ਪਤਲੀ ਦੁੱਧ ਕੱਢ ਦੋ ਇਹਦੀ ਛੱਕ ਵਾਲੀ ਗੱਲ। ਤੇ ਦੂਜੇ ਨੰਬਰ ਤੇ ਵੱਡੀ ਬੈੜ ਦੇਖੀ ਇਹਨੇ ਜਿਹੜੀ ਆਪਾਂ ਇਹ। ਹਾਂਜੀ, ਤੇ ਹੈ ਜਿਵੇਂ ਮੰਨ ਕੇ ਚੱਲੋ ਵੀ ਟਰਾਲੇ ਜਿਹੜੀ ਬੈੜ ਹਨਾ, ਬਹੁਤ ਵੱਡੀ ਹੈ। ਬਲੈਰ ਉਹਦੇ ਮਗਰਲੇ ਪਾਸੇ ਲੱਗਦੀ ਹੈ, ਟੱਚ ਹੁੰਦੀ ਸੀ। ਠੀਕ ਹੈ, ਕੁਝ ਅਸਲੀਆਂ ਗਈਆਂ ਸੀ। ਠੀਕ ਹੈ, ਵੱਡੀ ਹੈ। ਤੇ ਕਿਹੜਾ ਸੂਆ ਸੁੰਦੀ ਆ? ਇਹ ਸੂਆ ਦੂਜਾ ਸੁੰਦੀ ਹੈ। ਦੂਜਾ ਸੂਆ ਜਵਾਨ ਹੋ ਦੰਦਾ ਤੂੰ? ਹਾਂਜੀ, ਜਵਾਨ ਹੋ ਦੰਦਾ। ਠੀਕ ਹੈ, ਕੱਚੀ ਆ ਤਾਂ ਲੱਗਦੀ ਹੈ? ਕੱਚੀ 20-25 ਦਿਨ ਦੀ ਹੈਗੀ। ਮਹੀਨਾ ਮੰਨ ਲਈਏ? ਨਹੀਂ, 20-25 ਦਿਨ ਦੀ ਹੁੰਦੀ ਸਹੀ। ਠੀਕ ਹੈ, ਕਿੰਨਾ ਕਰ ਕਾਰਡ ਦੱਸਿਆ ਪਹਿਲੇ ਸੂਏ ਦਾ? ਕਾਰਡ ਸੀ 45 ਲੀਟਰ ਦਾ ਦਿੱਤਾ। ਫਾਰਮ ਦੀ ਬੈੜ? ਹਾਂ, ਫਾਰਮ ਦੀ। ਤੇ ਸੀਮਨ ਵਗੈਰਾ 66 ਹੋ ਲੱਗਿਆ ਵਾ? ਹਾਂ, ਸਾਰਾ ਕੁਝ ਡਿਟੇਲ ਹੈਗੀ ਸੀ ਉਹਨਾਂ ਕੋਲ, ਮੈਂ ਲੈ ਨਹੀਂ ਉਹ, ਪਰ ਅਸੀਂ ਲਿਖ ਕੇ ਦੇ ਦਾਂਗੇ ਸੀ। ਠੀਕ ਹੈ, ਕੋਈ ਗੱਲ ਨਹੀਂ, ਦੇ ਦਿਓ ਜੋ ਆਪਾਂ ਸਾਰਾ ਤਸੱਲੀ ਕਰਾ ਕੇ ਦੇਵਾਂਗੇ। ਜਿਹੜਾ ਵੀਰ ਪੇਮੈਂਟ ਲਓ ਸਾਰਾ ਬਾਇਓਡਾਟਾ ਦੱਸਾਂਗੇ ਉਹਨੂੰ ਆਪਾਂ। ਹਾਂ, ਉਹ ਸਾਰਾ ਦੱਸਾਂਗੇ। ਕਿੰਨਾ ਦੁੱਧ ਮੰਨ ਕੇ ਲਵੇ ਬੰਦਾ ਇਹਨੂੰ? ਇਹਦੇ ਇੱਕ ਤਾਂ ਵੱਧ ਪਾਉਗੀ ਦੁੱਧ, ਇੱਕ ਹੀ ਜਾਣ ਤੇ ਕਿ 45 ਲੀਟਰ ਦੁੱਧ ਦਿੱਤਾ ਹੋਇਆ। 45 ਮੰਨ ਕੇ ਲੈ ਲੇ। ਹਾਂਜੀ, 45 ਤਾਂ ਮੰਨ ਕੇ ਹੀ ਲਓ ਨਾ, 45 ਤਾਂ ਦਿੱਤਾ ਵੀ ਹੈ। ਬਾਕੀ ਹਲੇ 20 ਦਿਨ ਸੁੰਦੀ ਨਹੀਂ, 20 ਦਿਨ ਸੁੰਦੀ ਹੈ, ਢਿੱਲਾ ਢਿੱਲਾ ਬਹੁਤ ਪਈ। ਤੇ ਦੀਵਾਲੀ ਵੇਲੇ ਖੋਆ ਇਹੀ ਕਢਾਉਗੀ? ਉਹੀ ਇਹੀ ਕਢਾਉਗੀ, ਵੱਡੀ ਟਰਾਲੇ ਜਿਹੀ ਬੈਠ ਹੈ ਖੜੀ ਨਾਲ ਖੜੀ ਰਹੇ ਜਮਾ। ਸੋ ਵੱਡੀ ਵੱਡੀ ਬਹੁਤ ਆ, 45-47 ਕਿਲੋ ਬਿਹੜਾ ਵਿੱਚ ਵੀਰ ਕਹਿੰਦਾ, ਕਮੈਂਟ ਕਰ ਦਿੰਦੇ ਕਿ ਦਿੰਦੀਆਂ ਨਹੀਂ। 70-70-72-72 ਕਿਲੋ ਦਾ PDF ਦੇ ਚਵਾਈਆਂ ਹੋ ਗਈਆਂ, ਤੇ 45-50 ਨੋਰਮਲ ਗੱਲ ਹੀ ਹੋ ਗਈ, ਕੋਈ ਬੜੀ ਵੱਡੀ ਗੱਲ ਨਹੀਂ। ਨੋਰਮਲ ਗੱਲ ਹੈ, ਇੱਕ ਬੈਠ ਦਾ 82 ਲੀਟਰ ਦੁੱਧ ਦਿੱਤਾ ਵਾ, 11 ਲੱਖ ਦੀ ਵਿਕੀ ਆਪਣੇ YouTube ਤੇ ਵੀ ਚੱਲਦੀ ਹੈ। ਠੀਕ ਹੈ, ਤੇ ਬਾਹਰ ਦੱਸਦਾ ਕਹਿੰਦੇ 100 ਤੋਂ ਟੱਪ ਗਈ ਸੀ ਨਾ? ਹਾਂਜੀ ਹਾਂ, ਅਮਰੀਕਾ ਖਣੀ ਬਾਹਰ ਕੰਟ ਆਊਟ ਕੰਟਰੀ ਚ ਹੁਣ ਤਾਂ ਹੀ ਸੱਚ ਹੈਗਾ, ਜਿੰਨਾ ਵੀ ਕੋਈ ਕਹਿ ਦੂ ਅਗਲਾ ਸੱਚ ਹੈ, ਕਿਉਂਕਿ ਬਰੀਡ ਤਿਆਰ ਹੋ ਚੁੱਕੀ ਹੈ ਸੁਧਰ ਕੇ। ਅਗਲੇ ਨੂੰ ਵੀ ਦੇਣਾ ਜੀ, ਬਾਜਾਂ ਲਗਾਈਆਂ ਤੇ ਕੁਆਲਿਟੀ ਧੋਰੀ ਫਿਰ ਬਾਹਰ ਨੂੰ ਦੇਖੀਏ 45 ਕਿਲੋ ਵਾਲੀ ਕਿੰਨੀ ਗਾ। ਸੋ ਫਿਰ ਬੈਠ ਦੇਖੋ, ਕੱਦ ਕੜ ਬਹੁਤ ਡਬੜਾ ਡਰਾਈ ਹੈ ਫੁੱਲ ਜਮਾਂ, ਮਹੀਨਾ ਮੰਨ ਕੇ ਚੱਲੋ, ਤੇ ਦਿਨ 20-22 ਦਿਨ ਪਿਆ ਸੂਨ ਦੇ ਵਿੱਚ, 5-4 ਦਿਨ ਉੱਪਰ ਥੱਲੇ ਲੈ ਜੂਗੀ। ਤੇ ਬਾਕੀ ਵੱਡੀ ਵੱਡੀ ਬਹੁਤ ਆ ਡਬੜਾ। ਇੱਕ ਆਪਾਂ ਇੱਥੇ ਤੋੜ ਕੇ ਵੱਡੀ ਵੀਡੀਓ ਪਾਈ ਸੀ, ਬਹੁਤ ਵੱਡੀ ਸੀ ਉਹ ਵੀ ਹਨਾ। ਹਾਂਜੀ ਹਾਂ, ਉਹ ਵੱਡੀ ਬੈ। ਕਿੰਨਾ ਕੁ ਦੁੱਧ ਦਿੱਤਾ ਸੀ ਉਹਨੇ ਜਾ ਕੇ? ਹਾਂ, ਉਹਨੇ ਦਿੱਤਾ ਗਿਆ 57 ਲੀਟਰ ਦੁੱਧ। 57 ਲੀਟਰ? ਹਾਂਜੀ, ਬਾਹਲੀ ਵੱਡੀ ਸੀ, 4 ਵਾਲੀ ਮਸ਼ੀਨ ਜਿਹੜੀ ਸੀ ਨਾ, ਵੱਡੀ ਸੀ ਉਹ, ਭਾਰੀ ਵਜਨ ਬਹੁਤ ਸੀਗਾ। ਫਿਰ ਆਪਾਂ ਸਾਰੇ ਫਾਰਮ 'ਚ ਪਰਚੇਸ ਕਰਦੇ ਹਾਂ? ਹਾਂਜੀ, ਫਾਰਮ 'ਚ ਹੋਵੇ। ਠੀਕ ਆ, ਇਹਦਾ ਮੁੱਲ ਵਾੜੀ? ਇਹਦਾ ਵੀ ਫੋਨ ਤੇ ਕਰਾਂਗੇ, ਮੁੱਲ ਬਿਲਕੁਲ ਜਾਇਜ਼ ਹੋਊਗਾ, ਵੱਡਾ ਕੰਮ ਨਹੀਂ ਹੋਊਗਾ। ਠੀਕ ਹੈ, ਮੁੱਲ ਬਿਲਕੁਲ ਜਾਇਜ਼ ਹੋਊਗਾ। ਤੇ ਬੈੜ ਕੋਈ ਵੀਰ ਆ ਗਿਆ ਇਹ ਤਾਂ ਕਹਿ ਨਹੀਂ ਸਕਦਾ, ਫੋਟੋ ਬਹਿ ਕੇ ਬਣਾਦੀ, ਖੜ ਕੇ ਬਣਾਦੀ, ਜ਼ੂਮ ਕਰਦੀ, ਤੇ ਵੱਡੀ ਦਾ ਭਾਈ ਵੱਡੀ ਹੋਈ ਆ। ਠੀਕ ਹੈ, ਹਾਂ ਸਹੀ ਗੱਲ ਆ, ਕਿਉਂਕਿ ਚੰਗੀ ਪੇਮੈਂਟ ਲਾਉਣੀ ਆ ਵੀਰ, ਮੰਨ ਕੇ ਚਲੋ ਤੇਲ 100 ਰੁਪਏ ਲੀਟਰ ਹੋਇਆ ਪਿਆ। ਤੇ ਥਣ ਵਗੈਰਾ ਓਕੇ ਆ? ਠੀਕ ਹੈ, ਸੋ ਥੱਲੋਂ ਆਪਾਂ ਝੋਲੀ ਦਿਖਾ ਦਈਏ ਬਹਿ ਕੇ ਸਮਾਰ ਕੇ ਦੀ। ਆ ਥਣ ਵਗੈਰਾ ਦੇਖੋ ਸਾਫ ਸੁਥਰਾ, ਥਣ ਤੋਂ ਤਾਂ ਬਹੁਤ ਚੰਗਾ, ਢਿੱਲ ਢੁੱਲ ਪੂਰੀ ਪਈ ਹੈ ਹਲੇ, ਤੇ ਇਹ ਆ ਥਣ ਇੱਥੇ ਇੱਥੇ ਆਉਣਾ, ਇੰਨੀ ਵਿੱਥ ਪਾਉਂਦੀ ਹੈ। ਠੀਕ ਹੈ, ਮਿਲ ਕੇ ਮੈਨੂੰ ਬਹੁਤ ਤਗੜੀ ਜਾਂਦੀ ਹੈ, ਬਹੁਤ ਜ਼ਿਆਦਾ ਵਧੀਆ। ਤੇ ਨਾਲ ਜਿਹੜੀ ਦੂਜੀ ਦੀ ਚਾਚੇ ਦੀ ਕੁੜੀ ਖੜੀ ਹੈ, ਇਹਨੇ ਪਲਵਾਨ ਨੇ 43 ਲੀਟਰ ਦੁੱਧ ਦਿੱਤਾ। 43? ਹਾਂਜੀ, ਇਹਦਾ ਫੁੱਲ ਡਬਲ ਹੈ, ਇਹਦਾ ਟਾਈਮ ਵੀ 4 ਇੰਚੀ ਉੱਚੀ ਹੈ। ਇਹਦਾ ਟਾਈਮ ਕਿੰਨਾ ਕੁ ਬਾਕੀ ਪਿਆ? ਇਹਦਾ ਟਾਈਮ ਹਲੇ ਸਿਰਫ 15 ਦਿਨ ਹੈ।
15 ਦਿਨ ਪੂਰੇ 15 ਦਿਨ ਤੇ ਫਿਰ ਜਿਵੇਂ ਆਪਾਂ ਕੱਚਾ ਪਸ਼ੂ ਖਰੀਦ ਲੈਣਾ ਟ੍ਰਾਈਜੇਸ਼ਨ ਪਾਉਂਦੇ ਫਿਰ ਆਪਾਂ ਹਾਂਜੀ ਹਾਂ ਪਾਈ ਜਾਂਦੇ ਠੀਕ ਹੈ ਕਿਉਂਕਿ ਉਹਦੇ ਹਿਸਾਬ ਨਾਲ ਪਸ਼ੂ ਡਿਲੀਵਰੀ ਚੰਗੀ ਦਿੰਦਾ ਹਨਾ ਹਾਂਜੀ ਹਾਂ 4 ਰੁਪਏ ਦਾ ਪਾ ਦਿੰਦੇ ਆ ਨਾਲੇ ਜੀ ਲੱਗਿਆ ਰਹਿੰਦਾ ਜੀ ਪਸ਼ੂ ਦੇ ਨਾਲ ਠੀਕ ਹੈ ਤੇ ਇਹਦੋਂ ਫਿਰ ਕੀ ਉਮੀਦ ਹੈ ਇਸ ਵਾਰ ਇਹਦੀ 50 ਪਾਉਗੀ ਜੀ ਆਰਾਮ ਨਾਲ ਮੰਨ ਕੇ ਚੱਲ ਵੀ ਮਨ ਦੁੱਧ ਇੱਕ ਟਾਈਮ ਦਾ ਪਾਉਜੇ ਜੋੜਾ ਲੈ ਕੇ ਜਿਹੜਾ ਪਾਉਗਾ ਜੀ ਦੇਖੋ ਟੈਲ ਦੇ ਕੋਈ ਨਹੀਂ ਹੈ ਠੀਕ ਹੈ ਬਾਕੀ ਹਾਈਟ ਬਹੁਤ ਜ਼ਿਆਦੇ ਆ ਬਾਹਰ ਲਿਆ ਕੱਢ ਕੇ ਇਹਨੂੰ ਇੱਥੇ ਠੀਕ ਹੈ ਇਹਦਾ ਲਾਉਣ ਲੱਗ ਗਈ ਹਨਾ ਇਹਦਾ ਤਿਆਰ ਹੀ ਆ ਬਸ ਤਿਆਰ ਹੋ ਗਈ ਇਹਨੀ ਢਿੱਲ ਪਈ ਆਰਾਮ ਨਾਲ ਕੋਈ ਖਿੱਚ ਕੇ ਨਹੀਂ ਮਾਸ ਵਧਾਇਆ ਵਾ ਉਵੇਂ ਜੇ ਕਰੇ ਨਹੀਂ ਢਿੱਲ ਪਈ ਆ ਸਾਰਾ ਲੈਵਲ ਚ ਤੇ ਕਿਰਪਾ ਕਰੇ ਠੀਕ ਹੈ ਸੋ ਬਰੋ ਮੂੰਹ ਮੱਥਾ ਫੇਸ ਕੁਆਲਿਟੀ ਵਗੈਰਾ ਦੇਖੋ ਤੇ ਇਹ ਵੀ ਰੇਲ ਦੇ ਡੱਬੇ ਜਿੱਡੀ ਹੋਈ ਆ ਕੋਈ ਛੋਟੀ ਮੋਟੀ ਨਹੀਂ ਕਿਸੇ ਪਾਸੇ ਕੋਈ ਖੇਡ ਨਹੀਂ ਇਹ ਤੇ ਬਹੁਤ ਵੱਡੀ ਇਹ ਵੀ 44-45 ਖੇਡੂਗੀ ਆਰਾਮ ਨਾਲ ਜੀ 50 ਦੇ ਬਾਦੂਗੇ ਬਾਕੀ ਸੁੰਦਿਆ ਵਾਲੀ ਚੰਗੀ ਰੁੱਤ ਚ ਹਨਾ ਹਾਂ ਸੁੰਦਿਆ ਚੰਗੀ ਰੁੱਤ ਚ ਮੂੰਹ ਵਾਲੀ ਦੇਖੋ ਕਿੰਨੀ ਸਨੱਕੀ ਆ ਬੋਦੀ ਵਾਲੀ ਆ ਕ੍ਰਾਸ ਨਹੀਂ ਹੈਗੀ ਠੀਕ ਹੈ ਜਿਵੇਂ ਆ ਚੀਜ਼ ਆ ਇੱਥੋਂ ਜਾਤ ਪਰਖੀ ਜਾਂਦੀ ਸਾਡੀ ਠੀਕ ਹੈ ਤੇ ਲੇਵਾ ਦਿਖਾ ਜੀ ਇਹਦੇ ਡਿਜ਼ਾਈਨ ਥਣ ਵੀ ਬਹੁਤ ਸੋਹਣਾ ਲੱਗਿਆ ਬਚਾ ਹੱਥੀ ਚਵਾਈ ਕਰੀ ਚਲੀ ਕੀ ਬਾਤ ਆ ਇਹਦਾ ਨਜ਼ਾਰਾ ਆ ਜੂ ਜਮਾ ਹਾਂਜੀ ਤੇ ਬਾਕੀ ਮਿਲ ਕੇ ਵੀਨ ਵਗੈਰਾ ਬਹੁਤ ਚੰਗੀ ਹਨਾ ਮੜਾ ਨਾਲ ਖੜੀ ਮਗਰ ਇਹਦੇ ਇੱਥੇ ਸੋ ਦੇਖੋ ਦੂਜੇ ਪਾਸੇ ਗੱਲਾਂ ਗਾਲੀ ਦੀ ਨਾ ਆ ਦੇਖ ਲਓ ਥੱਲੇ ਟਾ ਤਾਂ ਨਹੀਂ ਧਰੀ ਖੜਾ ਕਿਤੇ ਦੁੱਧ 80 ਕਿਲੋ ਕਹਿ ਦੇਣੀ ਗੱਲ ਆ 82 ਕਿਲੋ ਆਪਾਂ ਤਾਂ ਭਾਰ ਨਹੀਂ ਚੱਕਿਆ ਜਾਂਦਾ ਠੀਕ ਹੈ ਸੋ ਆਪਾਂ ਦੋ ਦਿਖਾ ਦੇ ਨਗੀਨੇ ਗਾਈਆਂ ਦੇ ਬਹਿਣਾ ਦੇ ਗੱਬਣਾ ਦੇ ਜਿਹੜੇ ਵੀਰ ਨੇ ਮੰਨ ਕੇ ਚਲੋ ਦੁੱਧ ਪਾਉਣ ਦਾ ਕੰਮ ਕਰਨਾ ਉਹਨੂੰ ਚੰਗਿਆ ਸ਼ੂਟ ਕਰਨਗੇ ਜੋੜਾ ਲਾਉਂਗੇ ਤਾਂ ਵੀਰ ਚੰਗਾ ਮਾਨਦਾਨ ਵਿੱਚੋਂ ਕਰ ਦੂਗਾ ਇੱਕ ਲਗਭਗ ਤਿਆਰੀ ਜਾਂ 12-15 ਦਿਨ ਅਤੇ ਦੂਜੀ ਥੋੜ੍ਹੀ 10 ਦਿਨ ਜ਼ਿਆਦਾ ਲੈ ਜਾਣੇ ਹੈਗੇ ਦੋ ਗੱਬਣ ਬਹਿਣਾ ਪਿੰਡ ਚੰਨਣਵਾਲ ਜ਼ਿਲ੍ਹਾ ਬਰਨਾਲੇ ਦਾ ਪਿੰਡ ਬਹਿਗਾ ਸ਼ੀਨੀਆਲ ਮਹਿਲਕਣਾ ਨਜ਼ਦੀਕ ਰਹਿ ਜਾਂਦੇ ਇਹਦੇ ਅਤੇ ਇੱਕ ਦਿਖਾਤੀ ਆਪਾਂ ਉਸਨੂੰ ਝੋਟੀ ਤੀਜਾ ਸੂਆ ਤਾਜ਼ੀ ਸੂਈ ਵੀ ਪਿੱਛੇ ਕੱਟਾ ਕਿਸੇ ਵੀ ਵੀਰ ਦੇ ਕੋਈ ਵੀ ਨਗ ਪਸੰਦ ਹੋਵੇ ਇਸ ਨੰਬਰ 'ਤੇ ਖਰੀਦਦਾਰੀ ਕਰ ਸਕਦੇ ਹੋ ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਦਾ ਕਿਸੇ ਨਵੀਂ ਹੋਰ ਵੀਡੀਓ